ਐਡਮਿੰਟਨ ਸ਼ਹਿਰ ਦੇ ਵਿੱਚ ਆਪਣੇ ਭਾਈਚਾਰੇ ਦੀ ਸ਼ਮੂਲੀਅਤ ਜਿਹੜੀ ਵਧਣ ਦੇ ਨਾਲ ਨਾਲ ਕਾਰੋਬਾਰਾਂ ਦੇ ਨਾਲ ਨਾਲ ਸੱਭਿਆਚਾਰਕ ਧਾਰਮਿਕ ਅਤੇ ਹੋਰ ਸਮਾਗਮ ਜਿਹੜੇ ਆ ਉਹ ਵੀ ਕਾਫੀ ਜ਼ਿਆਦਾ ਵੱਧਦੇ ਆ ਰਹੇ ਆ। ਨਵੇਂ ਲੋਕ ਕਾਫੀ ਆਉਂਦੇ ਆ। ਅੱਜ ਅਸੀਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜਿਹੜਾ ਕਿ ਐਲਰਜਲੀ ਸਕੂਲ ਦੇ ਬਿਲਕੁਲ ਸਾਹਮਣੇ ਉੱਥੇ ਉਹਦਾ ਉਦਘਾਟਨ ਦੇਖਿਆ ਜਾ। ਸੋਈ ਸਾਹਿਬ ਆਏ ਨੇ ਉਦਘਾਟਨ ਵਾਸਤੇ। ਹਾਂਜੀ ਸੋਈ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਸਾਰੀ ਪ੍ਰਬੰਧਕ ਕਮੇਟੀ ਅਤੇ ਸਾਰੇ ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਅੱਜ ਸਾਡੇ ਸ਼ਹਿਰ ਦੇ ਵਿੱਚ ਅਸੀਂ ਇਕੱਠੇ ਹੋ ਕੇ ਵਿਸਾਖੀ ਦਾ ਆਨੰਦ ਮਾਣ ਰਹੇ ਹਾਂ ਅਤੇ ਨਾਲ ਹੀ ਨਾਲ ਖਾਲਸੇ ਦੇ ਜਨਮ ਦਿਨ 'ਤੇ ਸਾਰੀ ਸੰਗਤ ਨੂੰ ਇਸ ਗੁਰੂ ਘਰ ਦੇ ਵਿੱਚ ਇਕੱਠਾ ਕੀਤਾ ਗਿਆ। ਜਿਵੇਂ ਤੁਸੀਂ ਕਿਹਾ ਕਿ ਕੈਨੇਡਾ ਦੇ ਵਿੱਚ ਜਿਹੜੀਆਂ ਸਿਰਫ ਮਲਟੀਕਲਚਰਲ ਕਮਿਊਨਿਟੀਜ਼ ਨੇ ਉਹਨਾਂ ਦੀ ਪਾਪੂਲੇਸ਼ਨ ਵੱਧ ਰਹੀ ਹੈ, ਉਸ ਦੇ ਨਾਲ ਨਾਲ ਸਿੱਖ ਕਮਿਊਨਿਟੀ ਦੀ ਪਾਪੂਲੇਸ਼ਨ ਵੀ ਵੱਧ ਰਹੀ ਹੈ ਅਤੇ ਉਹਦੇ ਨਾਲ ਫਿਰ ਲੋੜਾਂ ਵੀ ਵੱਧਦੀਆਂ ਨੇ ਸਾਰੀਆਂ ਸੱਭਿਆਚਾਰਕ ਧਾਰਮਿਕ ਲੋੜਾਂ, ਅਤੇ ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਸੰਸਥਾਵਾਂ ਦਾ ਹੋਣਾ ਬਹੁਤ ਜ਼ਰੂਰੀ ਆ। ਸੋ ਮੈਂ ਇਹਨਾਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਆਪਣੇ ਵੱਲੋਂ, ਮੈਂ ਆਪਣੇ ਪਰਿਵਾਰ ਵੱਲੋਂ, ਮੇਰੀ ਵਾਈਫ ਸਰਬਜੀਤ ਅਤੇ ਆਪਣੀ ਸਾਰੀ ਗਵਰਨਮੈਂਟ ਵੱਲੋਂ ਵਧਾਈ ਦੇਣਾ ਚਾਹੁੰਦਾ ਅਤੇ ਨਾਲ ਇਹ ਵੀ ਦੱਸਣਾ ਚਾਹੁੰਦਾ ਕਿ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਇਹ ਦੱਸਦਿਆਂ ਇੱਥੇ ਸੰਗਤ ਦੇ ਨਾਲ ਅੱਜ ਸਾਂਝਾ ਵੀ ਕੀਤਾ ਕਿ ਅਪ੍ਰੈਲ ਦਾ ਜਿਹੜਾ ਮਹੀਨਾ ਹੈ ਆਪਣੀ ਗਵਰਨਮੈਂਟ ਨੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹਨਾਂ ਦੀ ਅਗਵਾਈ ਦੇ ਅੰਡਰ ਅਤੇ ਸਾਡੇ ਕੋਲੀਗ ਸੁੱਖ ਧਾਲੀਵਾਲ ਜੋ ਐਮ ਪੀ ਨੇ ਸਰੀ ਨਿਊਟਨ ਤੋਂ, ਉਹਨਾਂ ਨੇ ਇੱਕ ਬਿੱਲ ਲੈ ਕੇ ਆਉਂਦਾ ਸੀ ਪਾਰਲੀਮੈਂਟ ਦੇ ਵਿੱਚ ਇੱਕ ਅਪ੍ਰੈਲ ਨੂੰ ਸਿੱਖ ਹੈਰੀਟੇਜ ਮੰਥ ਡਿਕਲੇਅਰ ਕੀਤਾ ਜਾਵੇ ਪੂਰੇ ਕੈਨੇਡਾ ਦੇ ਵਿੱਚ, ਅਤੇ ਉਹ ਜਿਹੜਾ ਬਿੱਲ ਹੈ ਬੜੀ ਸਾਰਿਆਂ ਦੀ ਸਰਬਸੰਮਤੀ ਨਾਲ ਪਾਸ ਹੋਇਆ ਅਤੇ ਅੱਜ ਤੋਂ ਹਰ ਸਾਲ ਅਪ੍ਰੈਲ ਦਾ ਮੰਥ ਸਿੱਖ ਹੈਰੀਟੇਜ ਮੰਥ ਦੇ ਤੌਰ 'ਤੇ ਕੈਨੇਡਾ ਦੇ ਵਿੱਚ ਮਨਾਇਆ ਜਾਵੇਗਾ। ਜਿਹਨਾਂ ਨੇ ਆਪ ਨੂੰ ਰਸਪਨੀ ਬਾਣੀ ਦੇ ਨਾਲ ਨਿਹਾਲ ਕੀਤਾ। ਖਾਲਸਾ ਪੰਥ ਦੇ ਜਨਮਦਿਨ ਦੀ ਗੁਰਦੁਆਰੇ ਵੱਲੋਂ ਐਗਜੈਕਟਿਵ ਕਮੇਟੀ ਵੱਲੋਂ ਫਿਰ ਆਪਦਾ ਨੂੰ ਵਧਾਈ ਆ, ਅਤੇ ਸਾਡੇ ਚੇਅਰਮੈਨ ਇਸਲੇ ਬਹਾਦਰ ਸਿੰਘ ਹੁਣੇ ਬਾਹਰ ਗਏ ਹੋਏ ਨੇ, ਪਰ ਆਪਣੇ ਕੋਲ ਪ੍ਰਧਾਨ ਸਾਹਿਬ ਮਨਜੀਤ ਸਿੰਘ ਬਨੇਸਰ ਆ, ਉਹ ਆਪਣੇ ਕੁਛ ਸ਼ਬਦ ਕਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੰਗਤਾਂ ਦੇ ਭਰੇਵੇਂ ਇਕੱਠ ਦੇ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦਾ ਉਦਘਾਟਨ ਹੋਇਆ ਹੈ। ਮਹਾਨ ਹਸਤੀਆਂ ਪਹੁੰਚੀਆਂ ਨੇ, ਉਹਨਾਂ ਦੇ ਵਿੱਚ ਇਹ ਜਿਹੜੀ ਵਾਰਡ ਹੈ ਵਾਰਡ 12 ਜਿਹਦੇ ਤੋਂ ਕਿ ਆਪਣੇ ਕੌਂਸਲਰ ਮੋਹ ਬੰਗਾ ਸ਼੍ਰੀ ਮਹਿੰਦਰ ਬੰਗਾ ਸਿੰਘ ਜੀ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬੰਗਾ ਸਾਹਿਬ, ਤੁਹਾਡੀ ਵਾਰਡ ਦੇ ਵਿੱਚ ਬੜਾ ਵਧੀਆ ਇੱਕ ਸ਼ੁਭ ਕਦਮ ਜਿਹੜਾ ਚੁੱਕਿਆ ਗਿਆ। ਹਾਂਜੀ, ਸਭ ਤੋਂ ਪਹਿਲਾਂ ਤਾਂ ਸਾਰੀ ਸਿੱਖ ਸੰਗਤ ਨੂੰ ਮੇਰੇ ਵੱਲੋਂ ਇਸ ਗੱਲ ਦੀਆਂ ਵਧਾਈਆਂ ਵੀ ਸਾਡੇ ਵਾਰਡ 12 ਦੇ ਵਿੱਚ ਵੀ ਇੱਕ ਹੋਰ ਗੁਰਦੁਆਰਾ ਬਣ ਗਿਆ। ਦੋ ਪਹਿਲਾਂ ਵੀ ਸੀਗੇ ਅਤੇ ਇੱਕ ਹੋਰ ਬਣ ਗਿਆ, ਕਿਉਂਕਿ ਇਹਦੀ ਗੁਰਦੁਆਰਾ ਤੀਜਾ ਬਣ ਦੀ ਇਸ ਵੇਲੇ ਲੋੜ ਵੀ ਆ। ਜਿਹੜੇ ਆਪਣੇ ਵੈਡਿੰਗਸ ਵਗੈਰਾ ਵੈਨਸਡੇ ਤੋਂ ਹੋ ਜਾਂਦੀਆਂ, ਵੈਨਸਡੇ ਤੋਂ ਸੰਡੇ ਤੱਕ ਹੋ ਜਾਂਦੀਆਂ, ਅਤੇ ਸਾਡੇ ਹੁਣ ਬੱਚੇ ਸਾਰਿਆਂ ਦੇ ਜਵਾਨ ਹੋ ਰਹੇ ਆ ਅਤੇ ਸਾਨੂੰ ਇਹਨਾਂ ਦੀ ਲੋੜ ਵੀ ਆ, ਅਤੇ ਜਿਹੜੀ ਸਾਡੀ ਸਿੱਖਾਂ ਦੀ ਜਿਹੜੀ ਪਾਪੂਲੇਸ਼ਨ ਆ ਉਹ ਵੀ ਕਾਫੀ ਵਧੀ ਜਾਂਦੀ, ਅਤੇ ਸਾਨੂੰ ਇਹਨਾਂ ਇਸ ਤਰ੍ਹਾਂ ਦੇ ਸਥਾਨਾਂ ਦੀ ਬਹੁਤ ਬਹੁਤ ਜ਼ਰੂਰਤ ਹੈ। ਮੈਨੂੰ ਖਾਸ ਕਰਕੇ ਇਹ ਖੁਸ਼ੀ ਆ ਵੀ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਅਗੇਨ 12 ਵਾਰਡ ਦੇ ਵਿੱਚ ਹੀ ਆ, ਅਤੇ ਮੈਂ ਸਾਰੀ ਪ੍ਰਬੰਧਕ ਕਮੇਟੀ ਨੂੰ, ਸਾਰੇ ਹੀ ਆਪਣੇ ਸਿੱਖ ਸੰਗਤ ਨੂੰ ਅਤੇ ਨਾਲ ਹੀ ਅਮਰਜੀਤ ਸੋਹੀ ਹੋਣਾ ਨੂੰ, ਇਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਵੀ ਜਿਹੜਾ ਆਪਣੇ ਗੁਰਦੁਆਰਾ ਸਾਹਿਬ ਦੀ ਸਥਾਪਨਾ, ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੋਈ ਆ। ਸਾਰਿਆਂ ਨੂੰ ਬੜੀ ਬੜੀ ਬਹੁਤ ਬਹੁਤ ਵਧਾਈਆਂ ਅਤੇ ਬੜੀ ਮਿਹਰਬਾਨੀ। ਸਤਿਗੁਰ ਜਿੱਥੇ ਜਾ ਪਏ ਮੇਰਾ ਸਤਿਗੁਰ ਸੋਈ ਤਾਂ ਸਹਾਵਾ ਰਾਮ ਰਾਜੇ, ਔਰ ਇਸ ਧਰਤੀ ਦੇ ਵਿੱਚ ਕਈਆਂ ਸਦੀਆਂ ਤੋਂ ਇਸੇ ਤਰ੍ਹਾਂ ਪਈ ਸੀ, ਕਿਸੇ ਨੂੰ ਕੁਛ ਨਹੀਂ ਸੀ ਇੱਥੇ ਪਤਾ ਕੌਣ ਕੀ ਹੈਗਾ, ਔਰ ਸਤਿਗੁਰਾਂ ਦੀ ਪਾਰ ਬੱਠਤ ਹੋਈ ਹੈ ਜੋ ਅੱਜ ਇੱਥੇ ਰੌਣਕਾਂ ਲੱਗੀਆਂ ਹੋਈਆਂ। ਫਤਿਹ, ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਜੋ ਕਿ ਕੀਮਤੀ ਸਮਾਂ ਕੱਢ ਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ ਨੇ। ਸੋ ਆਪਣੇ ਪਾਸ ਆਪਣੇ ਸ਼ਹਿਰ ਦੇ ਐਮ ਪੀ ਅਮਰਜੀਤ ਸਿੰਘ ਸੋਹੀ ਉਹ ਵੀ ਪਹੁੰਚੇ ਹੋਏ ਨੇ, ਸਿਟੀ ਕੌਂਸਲਰ ਮੋ ਬੰਗਾ ਉਹ ਵੀ ਪਹੁੰਚੇ ਹੋਏ ਨੇ,
ਜਦੋਂ ਤੁਸੀਂ ਮਿਲਵੁੱਡ ਵਾਲੇ ਪਾਸੇ ਵੱਲੋਂ ਐਲਰਜਲੀ ਨੂੰ ਆਉਂਦੇ ਹੋ, ਖੱਬੇ ਹੱਥ ਐਲਰਜਲੀ ਸਕੂਲ ਨੇ ਅਤੇ ਉਹਨਾਂ ਦੇ ਬਿਲਕੁਲ ਸਾਹਮਣੇ ਸੱਜੇ ਪਾਸੇ ਇੱਕ ਘਰ ਜਿਹੜਾ ਦਰਮਿਆਨ ਦੇ ਵਿੱਚ ਹੈ, ਉਹਦੇ ਵਿੱਚ ਤੁਹਾਨੂੰ ਝੰਡੀਆਂ ਲੱਗੀਆਂ ਦਿਸਣਗੀਆਂ। ਬਹੁਤ ਹੀ ਅੱਛਾ ਮਾਹੌਲ ਹੈ। ਮੇਰਾ ਤਾਂ ਲੰਘਾ ਹੀ ਦਫ਼ਤਰ ਨੂੰ ਜਾਂਦੇ ਆ, ਇਹੀ ਪਿਛਲੇ 2-4 ਦਿਨ ਤੋਂ ਦੇਖ ਰਹੇ ਹਾਂ ਕਿ ਸੈਂਕੜੇ ਗੱਡੀਆਂ ਜਿਹੜੀਆਂ ਨੇ ਅਤੇ ਆਪਣੇ ਸੰਗਤ ਦੀ ਭਰਮਾਰ ਦੇਖ ਕੇ ਬਹੁਤ ਖੁਸ਼ੀ ਹੁੰਦੀ ਆ। ਅਤੇ ਮਹਾਰਾਜ ਨੇ ਦਿਨ ਵੀ ਬਹੁਤ ਸੋਹਣਾ ਲਾਇਆ ਅਤੇ ਇੱਕ ਵਾਰੀ ਫਿਰ ਅਸੀਂ ਆਪਣੇ ਵਤਨ ਟੀ ਵੀ ਵੱਲੋਂ ਵੀ ਅਤੇ ਪ੍ਰਬੰਧਕਾਂ ਨੂੰ ਅਤੇ ਇਹ ਜਿਹੜੇ ਆਪਣੇ ਮੁੱਖ ਮਹਿਮਾਨ ਆਏ ਇਹਨਾਂ ਵੱਲੋਂ ਵੀ ਬਹੁਤ ਬਹੁਤ ਸ਼ੁਭਕਾਮਨਾਵਾਂ ਦੇਈਏ।